ਹੈਰਡਿਓ ਸਟੂਡੈਂਟਸ ਲਰਨਿੰਗ ਇਜ਼ ਫਨ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸੋ ਅੱਜ ਅਸੀਂ ਸਮਾਜਿਕ ਸਿੱਖਿਆ ਦੇ ਜਮਾਤ 6ਵੀਂ ਦੇ ਪਾਠ 6 ਸਾਡਾ ਭਾਰਤ ਸੰਸਾਰ ਵਿੱਚ ਦੇ 1 ਵਰਡ ਵਾਲੇ ਕੁਐਸਚਨ ਆਨਸਰਸ ਕਰਾਂਗੇ ਸੋ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਦੇ ਨਾਲ ਪਹਿਲਾ ਕੁਐਸਚਨ ਭਾਰਤ ਦਾ ਖੇਤਰਫਲ ਪੱਖੋਂ ਸੰਸਾਰ ਵਿੱਚ ਕਿਹੜਾ ਸਥਾਨ ਹੈ ਭਾਰਤ ਦਾ ਖੇਤਰਫਲ ਪੱਖੋਂ ਸੰਸਾਰ ਦੇ ਵਿੱਚ 7ਵਾਂ ਸਥਾਨ ਹੈ 7ਵੇਂ ਨੰਬਰ ਦੇ ਵਿੱਚ ਖੇਤਰਫਲ ਦੇ ਪੱਖ ਵਿੱਚ ਪੱਖ ਤੋਂ ਭਾਰਤ ਜਿਹੜਾ ਹੈ ਦੁਨੀਆ ਦਾ ਖੇਤਰਫਲ ਪੱਖੋਂ 7ਵਾਂ ਵੱਡਾ ਦੇਸ਼ ਹੈ। ਪ੍ਰਸ਼ਨ ਨੰਬਰ 2 ਜਨਸੰਖਿਆ ਪੱਖੋਂ ਭਾਰਤ ਦਾ ਸੰਸਾਰ ਵਿੱਚ ਕਿਹੜਾ ਸਥਾਨ ਹੈ? ਜਨਸੰਖਿਆ ਦੇ ਪੱਖੋਂ ਭਾਰਤ ਦੁਨੀਆ ਦਾ ਦੂਸਰਾ ਵੱਡਾ ਦੇਸ਼ ਹੈ। ਦੂਜੇ ਨੰਬਰ ਤੇ ਆਉਂਦਾ ਹੈ। ਜਨਸੰਖਿਆ ਦੇ ਵਿੱਚ ਜਿਹੜਾ ਪਹਿਲੇ ਨੰਬਰ ਤੇ ਦੇਸ਼ ਆਂਦਾ ਹੈ ਉਹ ਹੈ ਚੀਨ। ਔਰ ਚੀਨ ਤੋਂ ਬਾਅਦ ਭਾਰਤ ਜਿਹੜਾ ਹੈ ਜਨਸੰਖਿਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਦੂਸਰੇ ਨੰਬਰ ਦੇ ਵਿੱਚ ਆਂਦਾ ਹੈ। ਦੂਸਰੇ ਨੰਬਰ ਤੇ ਆਂਦਾ ਹੈ। ਉਸ ਰੇਖਾ ਦਾ ਨਾਮ ਦੱਸੋ ਜੋ ਭਾਰਤ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ਜਿਹੜੀ ਭਾਰਤ ਦੇ ਅੰ内 ਵਿਚਕਾਰੋਂ ਜਿਹੜੀ ਰੇਖਾ ਲੰਘਦੀ ਹੈ ਜਿਹੜੀ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ ਉਸ ਦਾ ਨਾਮ ਹੈ ਕਰਕ ਰੇਖਾ ਕਰਕ ਰੇਖਾ ਜਿਹੜੀ ਹੈ ਭਾਰਤ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ ਸੋ ਪ੍ਰਸ਼ਨ ਨੰਬਰ 4 ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਦੀ ਦੂਰੀ ਦੱਸੋ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਲਗਭਗ 3214 ਕਿਲੋਮੀਟਰ ਦੀ ਦੂਰੀ ਬਣਦੀ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜੀ ਭਾਰਤ ਦੀ ਲੰਬਾਈ ਹੈ ਉਹ ਲਗਭਗ 3214 ਜਾਂ 3214 ਕਿਲੋਮੀਟਰ ਹੈ। ਪ੍ਰਸ਼ਨ ਨੰਬਰ 5 ਭਾਰਤ ਵਿੱਚ ਸੂਰਜ ਸਭ ਤੋਂ ਪਹਿਲਾਂ ਕਿਸ ਰਾਜ ਵਿੱਚ ਨਿਕਲਦਾ ਹੈ? ਭਾਰਤ ਵਿੱਚ ਸੂਰਜ ਜਿਹੜਾ ਵਾ ਸਭ ਤੋਂ ਪਹਿਲਾਂ ਅਰुणाचल प्रदेश ਰਾਜ ਦੇ ਵਿੱਚ ਜਿਹੜੀ ਭਾਰਤ ਦੀ ਸਟੇਟ ਹੈ ਅਰुणाचल प्रदेश ਉਹਦੇ ਵਿੱਚ ਜਿਹੜਾ ਵਾ ਸੂਰਜ ਸਭ ਤੋਂ ਪਹਿਲਾਂ ਨਿਕਲਦਾ ਹੈ। ਸੋ ਪ੍ਰਸ਼ਨ ਨੰਬਰ 6 ਭਾਰਤ ਦੇ ਕੋਈ ਪੰਜ ਗੁਆਂਢੀ ਦੇਸ਼ਾਂ ਦੇ ਨਾਮ ਦੱਸੋ ਭਾਰਤ ਦੇ ਜਿਹੜੇ ਪੰਜ ਗੁਆਂਢੀ ਦੇਸ਼ ਹਨ ਉਹਨਾਂ ਦੇ ਨਾਮ ਦੇ ਵਿੱਚ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਵਿੱਚ ਪਾਕਿਸਤਾਨ ਨੰਬਰ 1 ਚੀਨ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਇਹ ਜਿਹੜੇ ਪੰਜ ਗੁਆਂਢੀ ਦੇਸ਼ ਹਨ ਭਾਰਤ ਦੇ ਪਾਕਿਸਤਾਨ ਚੀਨ ਬੰਗਲਾਦੇਸ਼ ਸ਼੍ਰੀਲੰਕਾ ਤੇ ਨੇਪਾਲ ਸੋ ਪ੍ਰਸ਼ਨ ਨੰਬਰ 7 ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡੇ ਅਤੇ ਸਭ ਤੋਂ ਛੋਟੇ ਰਾਜ ਦਾ ਨਾਮ ਦੱਸੋ। ਰਾਜਸਥਾਨ ਜਿਹੜਾ ਹੈ ਖੇਤਰਫਲ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ ਔਰ ਗੋਆ ਜਿਹੜਾ ਵਾ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਹੈ। ਸਭ ਤੋਂ ਵੱਡੇ ਰਾਜ ਦਾ ਨਾਮ ਖੇਤਰਫਲ ਦੇ ਵਿੱਚ ਰਾਜਸਥਾਨ ਸਭ ਤੋਂ ਛੋਟੇ ਰਾਜ ਦਾ ਖੇਤਰਫਲ ਦੇ ਵਿੱਚ ਨਾ ਗੋਆ ਹੈ। ਸੋ ਪ੍ਰਸ਼ਨ ਨੰਬਰ 8 ਭਾਰਤ ਦੀ ਰਾਜਧਾਨੀ ਦਾ ਨਾਮ ਦੱਸੋ। ਭਾਰਤ ਦੀ ਰਾਜਧਾਨੀ ਦਾ ਨਾਮ ਨਵੀਂ ਦਿੱਲੀ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਹੈ। ਪ੍ਰਸ਼ਨ ਨੰਬਰ 9 ਭਾਰਤ ਵਿੱਚ ਸਥਿਤ ਮਾਰੂਥਲ ਦਾ ਨਾਮ ਦੱਸੋ। ਭਾਰਤ ਵਿੱਚ ਥਾਰ ਦਾ ਮਾਰੂਥਲ ਸਥਿਤ ਹੈ। ਥਾਰ ਦਾ ਮਾਰੂਥਲ ਭਾਰਤ ਵਿੱਚ ਸਥਿਤ ਹੈ। ਪ੍ਰਸ਼ਨ ਨੰਬਰ 10 ਭਾਰਤ ਦੀ ਦੱਖਣੀ ਸੀਮਾ ਬਿੰਦੂ ਦਾ ਨਾਮ ਦੱਸੋ। ਭਾਰਤ ਦੇ ਦੱਖਣੀ ਸੀਮਾ ਬਿੰਦੂ ਦਾ ਨਾਮ ਇੰਦਰਾ ਪੁਆਇੰਟ ਹੈ। ਇੰਦਰਾ ਪੁਆਇੰਟ ਜਿਹੜਾ ਹੈ ਭਾਰਤ ਦੇ ਦੱਖਣੀ ਸੀਮਾ ਬਿੰਦੂ ਦਾ ਨਾਮ ਹੈ। ਸੋ ਇਹਦੇ ਨਾਲ ਹੀ ਤੁਹਾਡਾ ਇਹ ਪਾਠ ਜਿਹੜਾ ਹੈ ਉਹ ਕੰਪਲੀਟ ਹੁੰਦਾ ਹੈ ਸੋ ਇੱਕ ਨਵੇਂ ਪਾਠ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਦੁਬਾਰਾ ਮਿਲਾਂਗੇ ਸੋ ਤਦ ਤੱਕ ਦੇ ਲਈ ਧੰਨਵਾਦ